ਆਪਾਂ ਘੁੰਮਣ ਵਾਸਤੇ ਆਏ ਹਾਂ, ਅਤੇ ਸਰਕਸ ਲੱਗੀ ਹੋਈ ਹੈ ਬਹੁਤ ਵੱਡੀ। $180 ਟਿਕਟ ਹੈ ਜੀ, ਅੰਦਰ ਬੜਾ ਸੋਹਣਾ ਵਿਊ ਆ, ਦੇਖ ਸਕਦੇ ਹੋ ਕਿੰਨੀ ਪਬਲਿਕ ਆ ਰਹੀ ਹੈ ਦੇਖਣ ਵਾਸਤੇ। ਅਤੇ ਬਾਹਰ ਇੱਧਰ ਸ਼ੋਪਾਂ ਲੱਗੀਆਂ ਛੋਟੀਆਂ ਛੋਟੀਆਂ, ਜੋ ਵੀ ਲੈ ਕੇ ਖਾ ਪੀ ਸਕਦੇ ਤੁਸੀਂ। ਬਹੁਤ ਸੋਹਣਾ ਮਾਹੌਲ ਆ। ਇਹ ਹੈ ਜੀ ਮੌਂਟਰੀਅਲ, ਓਲਡ ਮੌਂਟਰੀਅਲ। ਬਹੁਤ ਹੀ ਸੋਹਣਾ ਵਿਊ ਦਿਖਾਉਂਦਾ ਤੁਹਾਨੂੰ। ਟੈਕਸੀ ਵਗੈਰਾ ਲੈਣੀ ਹੈ ਤਾਂ ਇੱਥੋਂ ਲੈ ਸਕਦੇ ਹੋ। ਉੱਥੇ ਸਾਈਕਲਾਂ ਵੀ ਲੈ ਸਕਦੇ ਹੋ ਤੁਸੀਂ। ਇਹ ਆ ਬਹੁਤ ਸੋਹਣਾ ਵਿਊ। ਇਸ ਪਾਸੇ ਵਾਕਿੰਗ ਸਟ੍ਰੀਟ ਹੈ ਸਾਰੀ ਨਾ, ਦੋਨੋਂ ਸਾਈਡ। ਇਸ ਸਾਈਡ ਗੱਡੀਆਂ ਆ ਰਹੀਆਂ, ਪਰ ਜੋ ਸਾਹਮਣੇ ਆ ਨਾ ਇਹ ਵਾਕਿੰਗ ਸਟ੍ਰੀਟ ਆ ਸਾਰੀ। ਸੋ ਚੱਲਦੇ ਹਾਂ, ਦਿਖਾਉਂਦੇ ਹਾਂ ਤੁਹਾਨੂੰ। ਖਾਣ ਪੀਣ ਦਾ ਜਿੰਨਾ ਵੀ ਪ੍ਰਬੰਧ ਇੱਧਰ ਹੀ ਆ। ਦੋਨੋਂ ਸਾਈਡ ਬਹੁਤ ਸੋਹਣਾ ਮਾਹੌਲ ਆ। ਇੱਧਰ ਵੀ ਸ਼ੋਪਿੰਗ ਦਾ ਬਣਿਆ ਹੋਇਆ, ਖਾਣ ਪੀਣ ਦਾ। ਇਹ ਸਾਰੀ ਵਾਕਿੰਗ ਸਟ੍ਰੀਟ ਆ, ਇੱਧਰ ਕੋਈ ਵੀ ਗੱਡੀ ਨਹੀਂ ਆ ਸਕਦੀ। Grazie.
ਦੇਖਦੇ ਹਾਂ ਕੁਝ ਖਾਂਦੇ ਪੀਂਦੇ ਹਾਂ ਹੁਣ ਆਪਾਂ। ਸ਼ੋਪਿੰਗ ਮਾਲ ਬਣੇ ਹੋਏ ਅੰਦਰ ਸਾਰਾ। ਸ਼ੋਪ ਆ ਇਨਸਾਈਡ ਅੰਦਰ ਰੈਸਟੋਰੈਂਟ ਆ ਗਿਆ। ਆਈਸਕ੍ਰੀਮ, ਸਮੂਦੀ, ਜੋ ਮਰਜ਼ੀ, ਬਬਲ ਟੀ, ਜੋ ਮਰਜ਼ੀ ਲੈਣਾ ਇੱਥੋਂ ਮਿਲਦਾ ਜੀ ਸਾਰਾ। ਇੱਧਰ ਵੀ ਰੈਸਟੋਰੈਂਟ ਆ ਵਿਚਾਰਾ ਪਤਾ ਨਹੀਂ ਕੀ ਖਾ ਪੀ ਕੇ ਬੈਠਾ, ਕੁਛ ਜ਼ਿਆਦਾ ਨਸ਼ਾ ਕਰ ਲਿਆ ਹੋਣਾ। ਸ਼ਾਮ ਹੋ ਗਈ, ਰਾਤ ਦੇ ਸਮੇਂ ਕੁਛ ਜ਼ਿਆਦਾ ਹੁੰਦਾ ਇੱਥੇ ਇਕੱਠ, ਖਾਣ ਪੀਣ ਦਾ ਸਮਾਨ ਬਹੁਤ ਜ਼ਿਆਦਾ ਹੁੰਦਾ। ਫਰਸ਼ ਧੋ ਧਾ ਕੇ ਬੜਾ ਚਮਕਾ ਕੇ ਰੱਖਿਆ ਇਹਨਾਂ ਨੇ ਨਾ। ਅੱਜ ਬਰਸਾਤ ਵੀ ਹੋਈ ਸੀ ਦੁਪਹਿਰੇ। ਕੀ ਖਾਈਏ ਕੀ ਨਾ ਖਾਈਏ, ਕਿਤੇ ਚਾਈਨੀਜ਼ ਜਾਂਦਾ ਨਾ ਸਮਝ ਨਹੀਂ ਆਉਂਦੀ, ਪਤਾ ਨਹੀਂ ਕੀ ਕੁਝ ਬਣਾਉਂਦੇ ਆ। ਇੱਥੋਂ ਦਾ ਮਾਹੌਲ ਐਵੇਂ ਆ ਜਿੱਦਾਂ ਆਪਾਂ ਯੂਰਪ ਦੀ ਕੰਟਰੀ ਦੇ ਵਿੱਚ ਪਹੁੰਚ ਗਏ। ਬਹੁਤ ਸੋਹਣਾ ਮੌਂਟਰੀਅਲ, ਬਹੁਤ ਸੋਹਣਾ।
ਪਹਾੜੀ ਇਲਾਕਾ ਹੁੰਦਾ ਨਾ, ਜਿੱਦਾਂ ਯੂਰਪ ਕੰਟਰੀ ਆ ਜ਼ਿਆਦਾਤਰ ਇੱਦਾਂ ਦੀ ਹੁੰਦੀ। ਬੜਾ ਸੋਹਣਾ ਖਿੱਚਿਆ ਜਾ, ਜ਼ਿਆਦਾਤਰ ਇੱਥੇ ਨਾ ਫ੍ਰੈਂਚ ਲਿਖੀ ਹੁੰਦੀ ਆ ਤਾਂ ਕਰਕੇ ਥੋੜ੍ਹੀ ਦਿੱਕਤ ਹੁੰਦੀ ਹੈ। ਮੋਂਟਰੀਅਲ 'ਚ ਜ਼ਿਆਦਾ ਸਾਈਨ ਬੋਰਡ ਜਿੰਨਾ ਵੀ ਕੁਝ ਹੈਗਾ ਅਤੇ ਫ੍ਰੈਂਚ ਦੇ ਵਿੱਚ ਹੀ ਲੱਗਿਆ, ਜਿੱਦਾਂ ਆਪਣੇ ਲਿਖਿਆ ਹੁੰਦਾ ਨਾ ਸਟੋਪ ਸਾਈਨ, ਇੱਥੇ ਆਹ ਲਿਖਿਆ ARRET ਪਤਾ ਨਹੀਂ ਕਿੱਦਾਂ ਜੇ ਕਰਕੇ, ਪਰ ਇਹਦਾ ਮਤਲਬ ਹੈਗਾ ਸਟੋਪ ਸਾਈਨ। ਅੱਗੇ ਵਾਕਿੰਗ ਸਟਰੀਟ ਬੰਦ ਹੋ ਗਈ, ਇੱਧਰ ਖੁੱਲ੍ਹਾ ਹੋਇਆ ਅਤੇ ਇੱਧਰ ਹੈਗਾ ਬਹੁਤ ਕੁਛ ਦੇਖਣ ਲਈ। ਮੌਸਮ ਵੀ ਬੜਾ ਸੋਹਣਾ ਅੱਜ ਨਾ, ਬਰਸਾਤ ਹੋਈ ਅੱਜ। ਸਾਰਾ ਕੁਝ ਦਿੱਤਾ ਹੋਇਆ, ਓਨਲੀ ਵਾਕਿੰਗ ਸਟਰੀਟ ਹੈਗੀ ਹੈ, ਹੈ ਨਾ। ਗੱਡੀ ਮੋਟਰਸਾਈਕਲ ਇੱਧਰ ਪਾਰਕ ਨਹੀਂ ਕਰ ਸਕਦੇ, ਸਕੇਟਿੰਗ ਵਾਲਾ ਵੀ ਕੰਮ ਇੱਧਰ ਨਹੀਂ ਕਰ ਸਕਦਾ, ਸਾਈਕਲ ਵੀ ਨਹੀਂ ਲੈ ਕੇ ਆ ਸਕਦਾ। ਕਨਾਡਾ ਦਾ ਭਾਈ ਨੱਚ ਰਿਹਾ, ਡਿਸਪਲੇ ਬਹੁਤ ਸੋਹਣੀ ਕੀਤੀ ਹੋਈ ਇਹਨਾਂ ਨੇ। ਏਅਰ ਕਨੇਡਾ, ਏਅਰ ਫਰਾਂਸ, ਕਤਰ, ਸਾਰੇ ਜਹਾਜ਼ ਲੱਗੇ ਹੋਏ ਆ। ਸਾਹਮਣੇ ਟੈਕਸੀ ਖੜ੍ਹੀ ਹੋਈ ਆ, ਇੱਧਰੋਂ ਸਿੱਧਾ ਇੱਧਰ ਨੂੰ ਜਾ ਸਕਦੇ ਆ, ਪਰ ਇਸ ਰੋਡ 'ਤੇ ਨਹੀਂ ਜਾ ਸਕਦੇ। ਸੋ ਕਰਦੇ ਹਾਂ ਇੱਥੇ ਸਮਾਪਤ, ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ।